ਸਤਿ ਸ਼੍ਰੀ ਅਕਾਲ ਜੀ ਦੋਸਤੋ, ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਵਿੱਚ। ਤਾਂ ਦੋਸਤੋ ਗੱਲ ਕਰਾਂਗੇ ਇੰਟੈਲੀਜੈਂਸ ਬਿਊਰੋ ਦੇ ਵਿੱਚ ਕੀ ਹੈ ਅਫਸਰਾਂ ਦੀ ਭਰਤੀ। ਹਾਂਜੀ, ਜੋ ਇੰਟੈਲੀਜੈਂਸ ਬਿਊਰੋ ਦੇ ਵਿੱਚ ਕੀ ਹੈ ਅਫਸਰਾਂ ਦੀ ਵੈਕੈਂਸੀ ਆਈ ਸੀ, ਫਾਈਨਲੀ ਉਹਦੇ ਐਡਮਿਟ ਕਾਰਡ ਯਾਨੀ ਕਿ ਰੋਲ ਨੰਬਰ ਆਊਟ ਹੋ ਚੁੱਕੇ ਨੇ। ਜੋ ਵੀ ਕੈਂਡੀਡੇਟ ਨੇ ਫਾਰਮ ਫਿਲ ਕੀਤਾ ਸੀ ਉਹ ਐਡਮਿਟ ਕਾਰਡ ਆਪਣੇ ਹੁਣ ਡਾਊਨਲੋਡ ਕਰਵਾ ਲੈਣ, ਕਿਸੇ ਵੀ ਜੋ ਤੁਹਾਡੇ ਲਵੇ ਇੰਟਰਨੈਟ ਕੈਫੇ ਪੈਂਦਾ ਉੱਥੇ ਜਾ ਕੇ ਤੁਸੀਂ ਡਾਊਨਲੋਡ ਕਰਵਾ ਲਓ ਜੀ। ਤੁਹਾਨੂੰ ਮੈਸੇਜ ਵੀ ਆ ਚੁੱਕਿਆ ਹੋਊਗਾ ਜੋ ਤੁਹਾਡਾ ਫਾਰਮ ਭਰਿਆ ਸੀ, ਉਸ 'ਤੇ ਰਜਿਸਟ੍ਰੇਸ਼ਨ ਈਮੇਲ ਆਈ ਡੀ ਦਿੱਤੀ ਸੀ, ਉਸ 'ਤੇ ਤੁਹਾਨੂੰ ਮੈਸੇਜ ਵੀ ਆ ਚੁੱਕਿਆ ਹੋਊਗਾ। ਠੀਕ ਹੈ ਜੀ, ਤਾਂ ਤੁਸੀਂ ਡਾਊਨਲੋਡ ਕਰ ਸਕਦੇ ਹੋਗੇ। ਜੇਕਰ ਤੁਹਾਨੂੰ ਫਿਰ ਵੀ ਕੋਈ ਪ੍ਰੋਬਲਮ ਆ ਰਹੀ ਹੈ ਵੀ ਕਿਸ ਤਰ੍ਹਾਂ ਡਾਊਨਲੋਡ ਕਰਨਾ, ਤਾਂ ਨੀਚੇ ਕਮੈਂਟ ਸੈਕਸ਼ਨ 'ਚ ਕਮੈਂਟ ਕਰੋ, ਤਾਂ ਉਸ ਦੇ ਲਈ ਮੈਂ ਅਲੱਗ ਤੋਂ ਨਵੀਂ ਵੀਡੀਓ ਬਣਾ ਕੇ ਲੈ ਕੇ ਆਊਂਗਾ। ਤਾਂ ਗੁਜ਼ਾਰਿਸ਼ ਕਰਦਾਂਗਾ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਓ। ਸਬਸਕ੍ਰਾਈਬ ਦੇ ਨਾਲ ਦੋਸਤੋ ਬੈਲ ਬਟਨ ਪ੍ਰੈਸ ਕਰ ਲਿਆ ਕਰੋ, ਤਾਂ ਹੀ ਤੁਹਾਨੂੰ ਬੈਨੀਫਿਟਸ ਹੈ, ਤਾਂ ਕਿ ਤੁਹਾਨੂੰ ਜਦੋਂ ਵੀ ਕੋਈ ਨੈਕਸਟ ਦੀ ਵੀਡੀਓ ਮੈਂ ਅਪਲੋਡ ਕਰੂੰਗਾ ਉਸਦਾ ਮੈਸੇਜ ਤੁਹਾਨੂੰ ਮਿਲ ਜੂਗਾ। ਤਾਂ ਥੈਂਕ ਯੂ ਦੋਸਤੋ ਜੁੜਨ ਲਈ, ਤੁਹਾਡੇ ਨਾਲ ਧੰਨਵਾਦ।